ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਟਰੀਟ ਸਟਾਈਲ ਟਮਾਟਰ ਦੀ ਚਾਟ ਬਣਾਵਾਂਗੇ। ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ। ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਚਲੋ ਜੀ ਵੇਖ ਲੈਣਾ ਇਹ ਚਾਟ ਕਿਵੇਂ ਬਣਦੀ ਹੈ। ਇਹ ਚਾਟ ਬਣਾਉਣ ਦੇ ਲਈ ਮੈਂ 6 ਟਮਾਟਰ ਲਏ ਨੇ। ਟਮਾਟਰਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਅਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ। ਟਮਾਟਰ ਦੇ ਸਖਤ ਜਿਹੇ ਹਿੱਸੇ ਨੂੰ ਕੱਟ ਲਵਾਂਗੇ। ਟਮਾਟਰ ਨੂੰ ਇਸ ਤਰੀਕੇ ਨਾਲ ਮੋਟੇ ਮੋਟੇ ਪੀਸਿਸ ਵਿੱਚ ਕੱਟ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ, ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਚਾਟ ਬਣ ਕੇ ਤਿਆਰ ਹੋਏਗੀ। ਇਹ ਬਹੁਤ ਈਜ਼ੀ ਚਾਟ ਰੈਸਪੀ ਹੈ ਜੀ। ਅੱਜ ਆਪਾਂ ਇਸ ਚਾਟ ਨੂੰ ਸਟਰੀਟ ਸਟਾਈਲ ਬਣਾ ਕੇ ਤਿਆਰ ਕਰਾਂਗੇ। ਹੁਣ ਮੈਂ ਸਾਰੇ ਟਮਾਟਰਾਂ ਨੂੰ ਕੱਟ ਲਵਾਂਗੀ। ਹੁਣ ਮੈਂ ਸਾਰੇ ਟਮਾਟਰਾਂ ਨੂੰ ਕੱਟ ਲਿਆ ਹੈ। ਹੁਣ ਆਪਾਂ ਆਲੂ ਛਿੱਲ ਲਵਾਂਗੇ। ਉਸ ਦੇ ਲਈ ਮੈਂ 3 ਵੱਡੇ ਸਾਈਜ਼ ਦੇ ਆਲੂ ਲਏ ਨੇ ਉਬਲੇ ਹੋਏ। ਆਲੂਆਂ ਨੂੰ ਛਿੱਲ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਖੱਟੀ ਮਿੱਠੀ ਚਟਪਟੀ ਟਮਾਟਰ ਦੀ ਚਾਟ ਬਣ ਕੇ ਤਿਆਰ ਹੋਏਗੀ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ, ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਸਾਰੇ ਆਲੂਆਂ ਨੂੰ ਛਿੱਲ ਲਵਾਂਗੇ। ਆਪਾਂ ਆਲੂਆਂ ਨੂੰ ਜ਼ਿਆਦਾ ਮੈਸ਼ ਨਹੀਂ ਕਰਾਂਗੇ ਜੀ, ਥੋੜ੍ਹਾ ਮੋਟਾ ਹੀ ਰੱਖਾਂਗੇ। ਆਲੂਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ। ਮੈਂ ਸਾਰੇ ਆਲੂਆਂ ਨੂੰ ਛਿੱਲ ਲਿਆ ਹੈ। ਆਲੂਆਂ ਨੂੰ ਮੈਸ਼ ਕਰ ਲਵਾਂਗੇ। ਜ਼ਿਆਦਾ ਮੈਸ਼ ਨਹੀਂ ਕਰਾਂਗੇ ਆਲੂਆਂ ਨੂੰ। ਆਲੂਆਂ ਨੂੰ ਜ਼ਿਆਦਾ ਮੈਸ਼ ਨਹੀਂ ਕਰਾਂਗੇ,
ਥੋੜ੍ਹੇ ਮੋਟੇ ਦਿਖਣ ਵਾਲੇ ਆਲੂ ਚਾਟ ਦੇ ਵਿੱਚ ਜ਼ਿਆਦਾ ਵਧੀਆ ਲੱਗਣਗੇ। ਆਪਾਂ ਆਲੂਆਂ ਨੂੰ ਹੱਥਾਂ ਨਾਲ ਵੀ ਤੋੜ ਸਕਦੇ ਹਾਂ ਜੀ। ਟਮਾਟਰ ਦੀ ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਜੀ। ਜੇ ਤੁਸੀਂ ਇਸਨੂੰ ਇੱਕ ਵਾਰ ਬਣਾਓਗੇ ਤਾਂ ਤੁਸੀਂ ਇਸਨੂੰ ਵਾਰ ਵਾਰ ਬਣਾਓਗੇ। ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਤੇ ਇਸਨੂੰ ਬਣਾਉਣ 'ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਆਪਾਂ ਇਸਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਸਕਦੇ ਹਾਂ। ਆਲੂ ਨੂੰ ਹਲਕਾ ਹਲਕਾ ਤੋੜ ਲਵਾਂਗੇ, ਬਾਕੀ ਆਪਾਂ ਪੈਨ ਦੇ ਵਿੱਚ ਇਸਨੂੰ ਮੈਸ਼ ਕਰ ਲਵਾਂਗੇ। ਹੁਣ ਆਲੂ ਇਸ ਤਰੀਕੇ ਨਾਲ ਤਿਆਰ ਨੇ, ਆਪਾਂ ਇਸਦੀ ਚਾਟ ਬਣਾ ਲਵਾਂਗੇ। ਟਮਾਟਰ ਦੀ ਚਾਟ ਬਣਾਉਣ ਦੇ ਲਈ ਪੈਨ ਦੇ ਵਿੱਚ ਘਿਓ ਪਾਵਾਂਗੇ। ਇਹ ਆਪਾਂ ਦੇਸੀ ਘਿਓ ਲਿਆ ਹੈ ਜੀ, ਘਿਓ 4 ਚਮਚ ਪਾਵਾਂਗੇ। ਵਾਰੀ ਵਾਰੀ ਕਰਕੇ 4 ਚਮਚ ਦੇਸੀ ਘਿਓ ਪਾਵਾਂਗੇ। ਘਿਓ ਦੇ ਵਿੱਚ ਲਸਣ ਪਾਵਾਂਗੇ ਬਰੀਕ ਕੱਟੀ ਹੋਈ। ਲਸਣ ਪਾਉਣ ਤੋਂ ਬਾਅਦ ਇਸਨੂੰ ਮਿਕਸ ਕਰ ਲਵਾਂਗੇ। 1 ਬਰੀਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ। ਲਸਣ ਅਤੇ ਹਰੀ ਮਿਰਚ ਨੂੰ ਜ਼ਿਆਦਾ ਨਹੀਂ ਪਕਾਵਾਂਗੇ, ਹਲਕਾ ਜਿਹਾ ਗੋਲਡਨ ਹੋਣ ਤੱਕ ਹੀ ਪਕਾਵਾਂਗੇ। ਫਿਰ ਟਮਾਟਰ ਪਾਵਾਂਗੇ। ਟਮਾਟਰ ਪਾਉਣ ਤੋਂ ਬਾਅਦ ਸਾਰੇ ਟਮਾਟਰਾਂ ਨੂੰ ਮਿਕਸ ਕਰ ਲਵਾਂਗੇ। ਹੁਣ ਸਾਰੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਫਿਰ ਸਵਾਦ ਅਨੁਸਾਰ ਨਮਕ ਪਾਵਾਂਗੇ। ਟਮਾਟਰਾਂ ਉੱਪਰ ਨਮਕ ਪਾਉਣ ਦੇ ਨਾਲ ਟਮਾਟਰ ਜਲਦੀ ਸੌਫਟ ਹੋ ਜਾਣਗੇ। ਫਿਰ 1 ਚਮਚ ਲਾਲ ਮਿਰਚ ਪਾਊਡਰ ਪਾਵਾਂਗੇ। 1 ਚਮਚ ਜੀਰਾ ਪਾਊਡਰ ਪਾਵਾਂਗੇ। ਇੱਕ ਚਮਚ ਧਨੀਆ ਪਾਊਡਰ ਪਾਵਾਂਗੇ। ਫਿਰ ਸਾਰੇ ਮਸਾਲੇ ਪਾਉਣ ਤੋਂ ਬਾਅਦ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਇਸ ਤਰੀਕੇ ਨਾਲ ਟਮਾਟਰ ਦੀ ਚਟਪਟੀ ਚਾਟ ਬਣ ਕੇ ਤਿਆਰ ਹੋਏਗੀ। 1 ਚਮਚ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ। ਫਿਰ 1 ਵਾਰ ਮਿਕਸ ਕਰ ਲਵਾਂਗੇ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਨੂੰ ਥੋੜ੍ਹੀ ਦੇਰ ਪਕਾ ਲਵਾਂਗੇ। ਇਸ ਤਰੀਕੇ ਨਾਲ ਵਿੱਚ ਵਿੱਚ ਦੇ ਲਿਆਉਂਦੇ ਰਵਾਂਗੇ। ਹੁਣ ਟਮਾਟਰ ਪਹਿਲਾਂ ਨਾਲੋਂ ਸੌਫਟ ਹੋ ਚੁੱਕੇ ਨੇ, ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਪਾਣੀ ਪਾ ਕੇ ਇਸਨੂੰ ਮਿਕਸ ਕਰ ਲਵਾਂਗੇ ਅਤੇ ਥੋੜ੍ਹੀ ਦੇਰ ਪਕਾ ਲਵਾਂਗੇ। ਇਸ ਤਰੀਕੇ ਨਾਲ ਥੋੜ੍ਹੀ ਦੇਰ ਪੱਕਣ ਦੇਵਾਂਗੇ। ਅੱਜ ਆਪਾਂ ਸਟਰੀਟ ਸਟਾਈਲ ਚਾਟ ਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ, ਉਹ ਵੀ ਬਹੁਤ ਆਸਾਨੀ ਦੇ ਨਾਲ। 1 ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਵਧੀਆ ਕਲਰ ਦੇ ਲਈ। ਫਿਰ ਇਸਨੂੰ ਮਿਕਸ ਕਰ ਲਵਾਂਗੇ।
ਅਸੀਂ ਇਸ ਤੋਂ ਪਹਿਲਾਂ ਵੀ ਆਪਣੇ ਚੈਨਲ 'ਤੇ ਕਈ ਚਾਟ ਦੀਆਂ ਹੋਰ ਰੈਸਪੀਜ਼ ਸ਼ੇਅਰ ਕੀਤੀਆਂ ਨੇ ਜੀ, ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ। ਫਿਰ ਥੋੜ੍ਹਾ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਆਲੂ ਪਾਵਾਂਗੇ। ਆਲੂ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਟਮਾਟਰ ਦੀ ਖੱਟੀ ਮਿੱਠੀ ਚਾਟ ਬਣ ਕੇ ਤਿਆਰ ਹੋਏਗੀ ਜੀ, ਤੁਸੀਂ ਵੀ ਇਸ ਚਾਟ ਨੂੰ ਇੱਕ ਵਾਰ ਬਣਾ ਕੇ ਦੇਖਿਓ। ਹੁਣ ਆਲੂਆਂ ਨੂੰ ਹਲਕਾ ਹਲਕਾ ਤੋੜ ਲਵਾਂਗੇ ਅਤੇ ਮਿਕਸ ਕਰ ਲਵਾਂਗੇ। ਇਸ ਤਰੀਕੇ ਦੀ ਚਾਟ ਬਾਜ਼ਾਰ ਦੇ ਵਿੱਚ ਤਾਂ ਆਮ ਹੀ ਮਿਲਦੀ ਹੈ ਜੀ, ਪਰ ਅੱਜ ਆਪਾਂ ਇਸ ਚਾਟ ਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਅਤੇ ਥੋੜ੍ਹੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ। ਹੁਣ ਆਲੂ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ। ਇੱਕ ਚਮਚ ਨਿੰਬੂ ਦਾ ਰਸ ਪਾਵਾਂਗੇ, ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਾਟ ਦੇ ਵਿੱਚੋਂ। ਨਿੰਬੂ ਦਾ ਰਸ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ। ਹੁਣ ਚਾਟ ਤਿਆਰ ਹੈ, ਇਸ ਨੂੰ ਸਰਵ ਕਰ ਲਵਾਂਗੇ। ਇਹ ਸਟਰੀਟ ਸਟਾਈਲ ਚਾਟ ਹੈ ਤਾਂ ਆਪਾਂ ਇਸ ਨੂੰ ਦੂਸਰੀ ਬਾਊਲ ਦੇ ਵਿੱਚ ਨਹੀਂ, ਇਸ ਤਰੀਕੇ ਦੀ ਬਾਊਲ ਦੇ ਵਿੱਚ ਸਰਵ ਕਰਾਂਗੇ। ਥੋੜ੍ਹਾ ਜਿਹਾ ਚਾਟ ਮਸਾਲਾ ਪਾਵਾਂਗੇ। ਗ੍ਰੀਨ ਸੌਸ ਪਾਵਾਂਗੇ, ਗ੍ਰੀਨ ਸੌਸ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ। ਟਮੈਟੋ ਸੌਸ ਪਾਵਾਂਗੇ, ਤਿੰਨ ਚਮਚ ਟਮੈਟੋ ਸੌਸ ਪਾਈ ਹੈ ਇੱਥੇ ਆਪਾਂ। ਹੁਣ ਆਪਾਂ ਥੋੜ੍ਹੀ ਜਿਹੀ ਇਮਲੀ ਦੀ ਖੱਟੀ ਮਿੱਠੀ ਚਟਨੀ ਪਾਵਾਂਗੇ। ਚਾਟ ਉੱਪਰ ਥੋੜ੍ਹਾ ਜਿਹਾ ਭੁਜੀਆ ਪਾਵਾਂਗੇ। ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿੰਨੀ ਕਲਰਫੁੱਲ ਚਾਟ ਬਣ ਕੇ ਤਿਆਰ ਹੋਈ ਹੈ। ਹੁਣ ਇਸ ਤਰੀਕੇ ਨਾਲ ਆਪਣੀ ਟੇਸਟੀ ਜਿਹੀ ਚਾਟ ਬਣ ਕੇ ਤਿਆਰ ਹੈ ਜੀ, ਇਸ ਨੂੰ ਸਰਵ ਕਰ ਲਵਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।